ਸ਼ਹਿਰ ਤੇ ਪਿੰਡ ਦੀ ਨਰਸਰੀ ਦੇ ਵਿੱਚ ਕੀ ਖਾਸ ਫਰਕ ਹੈ? ਸ਼ਹਿਰਾਂ ਦੇ ਵਿੱਚ ਦੀ ਇੱਕ ਤਾਂ ਇਹਨਾਂ ਕੋਲ ਥਾਵਾਂ ਬਹੁਤ ਛੋਟੀਆਂ ਨੇ। ਇੱਥੋਂ ਦੇ ਜਿਹੜੇ ਲੋਕ ਨੇ ਇਹ ਵਿਚਾਰੇ ਆਪਣੇ ਰਹਿੰਦੇ ਨੇ, ਜਿਵੇਂ ਆਪਾਂ ਕਹਿ ਦਈਏ ਤੁਸੀਂ ਜੇ ਪਿੱਛੇ ਦੇਖ ਰਹੇ ਹੋ ਜੀ, ਉਹ ਦੇਖੋ ਛੋਟੇ ਛੋਟੇ ਇਹਨਾਂ ਕੋਲ ਬਾਲਕੋਨੀਜ਼ ਨੇ। ਇੱਥੇ ਉਹਨੇ ਫਰੂਟ ਪਲਾਂਟਸ ਤਾਂ ਨਹੀਂ ਲਾ ਸਕਦੇ, ਇਹ ਸਿਰਫ ਡੈਕੋਰੇਸ਼ਨ ਵਾਲੇ ਪਲਾਂਟਸ ਲਾਉਂਦੇ ਨੇ ਇਨਡੋਰ। ਅੱਛਾ। ਅਤੇ ਪਿੰਡਾਂ ਵਾਲੇ ਉਹਨਾਂ ਕੋਲ ਥਾਵਾਂ ਖੁੱਲ੍ਹੀਆਂ ਹੁੰਦੀਆਂ ਨੇ ਜੀ, ਉਹ ਜ਼ਿਆਦਾ ਲਾਉਂਦੇ ਨੇ ਫਰੂਟ ਪਲਾਂਟਸ। ਬਸ ਇਹੀ ਫਰਕ ਹੈ ਜੀ, ਉਹ ਜ਼ਿਆਦਾ ਫਰੂਟ ਪਲਾਂਟਸ ਵੱਲ ਭੱਜਦੇ ਆ ਪਿੰਡਾਂ ਵਾਲੇ, ਅਤੇ ਸ਼ਹਿਰਾਂ ਵਾਲੇ ਜ਼ਿਆਦਾ ਡੈਕੋਰੇਸ਼ਨ, ਉਹਨਾਂ ਨੂੰ ਗਮਲਾ ਚਾਹੀਦੇ ਹੁੰਦੇ ਪੋਟ ਪਲਾਂਟ ਬਸ ਇਨਡੋਰ। ਫਰੂਟ ਪਲਾਂਟ ਲਾਉਣ ਵਾਸਤੇ ਉਹਨਾਂ ਕੋਲ ਜਗ੍ਹਾ ਨਹੀਂ ਹੁੰਦੀ ਜੀ। ਬਸ ਇਹ ਮੇਨ ਮੈਨੂੰ ਇਹ ਫਰਕ ਲੱਗਾ, ਕਿਉਂਕਿ ਇੱਥੇ ਸਾਨੂੰ ਫਰੂਟ ਦਾ ਸੈਕਸ਼ਨ ਬਹੁਤ ਘੱਟ ਰੱਖਿਆ ਹੋਇਆ। ਅੱਛਾ। ਕਿਉਂਕਿ ਸਾਡੇ ਇੱਥੇ ਫਰੂਟ ਵਿਕਦੇ ਨਹੀਂ, ਕੋਈ ਭਾਵੇਂ ਜਿਵੇਂ ਕੋਈ NGO ਆ ਗਈ ਜਾਂ ਕਿਸੇ ਨੂੰ ਫਰੂਟ ਚਾਹੀਦੇ ਆ ਉਹ ਲੈ ਜਾਂਦੇ ਉਨੇ ਕੁ, ਪਰ ਜਿਵੇਂ ਆਹ ਕਦੀ ਕੁਆਟਰ ਵਾਲੇ ਜਾਂ ਉਹ ਨਹੀਂ ਲੈ। ਇਸੇ ਸੋਚ ਨਾਲ ਤੁਸੀਂ ਸ਼ਹਿਰ 'ਚ ਆਏ ਸੀ? ਇਸੇ ਹਾਂਜੀ ਇਸੇ ਸੋਚ ਨਾਲ, ਹਾਂ ਵੀ ਇੱਥੇ ਸਾਡੇ ਸਾਨੂੰ ਐਸੀ ਕਸਟਮਰ ਸਾਡਾ ਜ਼ਿਆਦਾ ਫੁੱਟਫਾਲ ਜ਼ਿਆਦਾ ਹੋ, ਕਸਟਮਰ ਦਾ ਜਿਵੇਂ ਆਪਾਂ ਕਹਿ ਦਈਏ ਇਨਡੋਰ ਜਿਵੇਂ ਕਮਲਿਆਂ ਦਾ ਸਾਡਾ ਫੁੱਟਫਾਲ ਜ਼ਿਆਦਾ ਹੋਊਗਾ ਜੀ। ਤਾਂ ਉੱਥੇ ਆ ਜੀ ਲੋਕ ਆ ਰਹੇ ਨੇ ਇਸ ਲਾਈਨ 'ਚ ਸਾਡੇ, ਤੁਸੀਂ ਆਪ ਦੇਖੋ ਆਪਣੇ ਜੀ ਪਿੰਡਾਂ 'ਚ ਤੁਸੀਂ ਦੇਖਿਆ ਹੋਣਾ ਕੋਠੀ ਪਾ ਲੈਣਗੇ ਅਤੇ ਰੰਗ ਕਰਨਗੇ, ਜਦੋਂ ਕਿਸੇ ਮੁੰਡੇ ਦਾ ਵਿਆਹ ਹੋਊਗਾ 10-15 ਸਾਲਾਂ ਬਾਅਦ ਕੋਠੀ ਪੈ ਜਾਊਗੀ, ਰੰਗ ਖੁਣ ਖੜੀ ਰਹੂਗੀ। ਸਹੀ ਗੱਲ ਹੈ। ਅਤੇ ਪਿੰਡਾਂ 'ਚ ਅਜੇ ਉਹ ਰਿਵਾਜ਼ ਹੀ ਹੈ, ਗਮਲਿਆਂ ਦਾ ਰਿਵਾਜ਼ ਹਜੇ ਬਹੁਤ ਘੱਟ ਹੈ, ਬਹੁਤ ਘੱਟ ਹੈ, ਕਿਉਂਕਿ ਜਗ੍ਹਾ ਹੁਣ ਮਿਸਤਰੀ ਕਹੂਗਾ ਨਾ, ਮਿਸਤਰੀ ਕਹੂਗਾ ਵੀ ਤੁਸੀਂ ਇੱਥੇ ਉਹ ਲਾ ਦਿਓ ਜੀ ਆਪਣਾ ਕੀ ਇਹਨੂੰ ਕਹਿੰਦੇ ਆ ਟਾਈਲਾਂ ਲਾ ਦਿਓ, ਟਾਈਲਾਂ 'ਤੇ ਲੋਕ ਖਰਚਾ ਕਰ ਦੇਣਗੇ ਪਰ ਬੂਟੇ 'ਤੇ ਨਹੀਂ ਖਰਚਾ ਕਰਨਗੇ। ਇੱਕ ਮੈਨੂੰ ਲੋਕਾਂ 'ਤੇ ਇਹ ਵੀ ਸ਼ਿਕਾਇਤ ਹੈ ਜੀ, ਲੋਕ ਕੀ ਕਰਨਗੇ ਕੋਠੀ ਪਾ ਲੈਣਗੇ ਕਰੋੜਾਂ ਦੀ, ਪਰ ਜਦੋਂ ਲਾਉਣ ਬਣਾਉਣ ਦੀ ਗੱਲ ਹੋਊਗੀ ਜਾਂ ਬੂਟੇ ਲਾਉਣ ਦੀ ਗੱਲ ਹੋਊਗੀ ਉੱਥੇ ਸਰਫਾ ਕਰ ਜਾਂਦੇ ਆ। ਅੰਗਰੇਜ਼ਾਂ ਦਾ ਕੀ ਹੈ, ਜਾਂ ਆਪਣੇ ਫੋਰਨ 'ਚ ਤੁਸੀਂ ਦੇਖ ਲਓ, ਉਹਨਾਂ ਦੇ ਘਰ ਹੋਣਗੇ ਛੋਟੇ ਫਾਰਮ ਹਾਊਸ, ਛੋਟਾ ਜਿਹਾ ਫਾਰਮ ਹਾਊਸ ਹੋਊਗਾ ਅਤੇ ਆਲੇ ਦੁਆਲੇ ਗ੍ਰੀਨਰੀ ਇੰਨੀ ਕੁ ਹੋਊਗੀ ਵੀ ਉਹ ਜਿਹੜਾ ਘਰ ਦੀ ਲੁੱਕ ਵੈਸੇ ਹੀ ਗ੍ਰੀਨਰੀ ਨਾਲ ਆਉਣ ਲੱਗ ਜੂਗੀ। ਚਾਹੇ ਤੁਸੀਂ ਘਰ ਦੇ 5 ਲੱਖ ਲਾਇਆ ਹੋਊਗਾ ਨਾ ਜੀ, ਗ੍ਰੀਨਰੀ ਤੁਹਾਡੀ ਵਧੀਆ ਹੋਊਗੀ ਤਾਂ ਉਹੀ ਘਰ ਤੁਹਾਡਾ ਹੋਰ ਸੋਹਣਾ ਲੱਗਦਾ, ਸੋਹਣਾ ਲੱਗਣ ਲੱਗ, ਨਾਲੇ ਖਰਚਾ ਘੱਟ, ਨਾਲੇ ਖਰਚਾ ਘੱਟ, ਪਰ ਆਪਣੇ ਜਿਹੜੇ ਘਰ ਲੋਕ ਆ ਜੇ ਦੂਜੇ ਪਾਸੇ ਜਾਂਦੇ ਨੇ, ਨਵੇਂ ਨਵੇਂ ਵਿਚਾਰੇ ਉੱਧਰ ਬੜਿਆ ਨਾ, ਹਜੇ 15-20 ਸਾਲ ਹੋ ਗਏ ਆਪਣੇ ਲੋਕਾਂ ਨੂੰ, ਹੌਲੀ ਹੌਲੀ ਹਿਸਾਬ ਆਊਗਾ। ਹਾਂਜੀ, ਮੈਂ ਉੱਧਰਲੀ ਦੀ ਨਹੀਂ ਗੱਲ ਕਰਦਾ, ਮੈਂ ਵੈਸੇ ਇੱਕ ਜਨਰਲ ਗੱਲ ਕਰਦਾ ਜੀ। ਬਹੁਤੇ ਆਪਣੇ ਪਿੰਡਾਂ ਦੇ ਵਿੱਚ ਮੈਂ ਵੇਖੇ ਆ ਜਿਹੜੇ ਕਿ ਆਪਣੇ ਬਜ਼ੁਰਗ ਅਤੇ ਆਪਣੀਆਂ ਆਪਣੇ ਜਵਾਕ ਮਿੱਟੀ 'ਚ ਖੇਡਦੇ ਹੁੰਦੇ ਸੀ, ਬਜ਼ੁਰਗ ਮਿੱਟੀ 'ਚ ਬਹਿੰਦੇ ਹੁੰਦੇ ਸੀ, ਮਿੱਟੀ ਦੀਆਂ ਗੱਲਾਂ ਕਰਦੇ ਸੀ। ਹਾਂਜੀ, ਅੱਜ ਆਪਣੇ ਥੋੜ੍ਹੀ ਜਿਹੀ ਵੀ ਜਗ੍ਹਾ ਨਹੀਂ ਹੁੰਦੀ, ਨਹੀਂ ਹੈਗੀ, ਸਾਰੇ ਟਾਈਲਾਂ ਹੀ ਨੇ, ਮਤਲਬ ਇੱਕ ਇੱਕ ਚੀਜ਼ ਖੂੰਜੇ ਦੱਬ ਰੱਖੇ ਆ, ਬਿਲਕੁਲ, ਉੱਥੇ ਕੀ ਹੋਊਗਾ। ਚਲੋ ਹੌਲੀ ਹੌਲੀ ਮਾਹੌਲ ਬਣੂਗਾ, ਕਿਉਂਕਿ ਮਿੱਟੀ ਵੀ ਬਹੁਤ ਜ਼ਰੂਰੀ ਹੈ। ਹਾਂਜੀ, ਜੇਕਰ ਕਿਤੇ ਆਪਾਂ ਨੂੰ ਲੱਗਦਾ ਵੀ ਆਪਾਂ ਬਿਲਕੁਲ ਬਾਹਰਲਾ ਮਾਹੌਲ ਨਹੀਂ ਬਣਾ ਸਕਦੇ ਵੀ ਉੱਥੇ ਮਿੱਟੀ ਨਹੀਂ ਹੈਗੀ, ਹਾਂਜੀ, ਇੱਧਰਲੀ ਮਿੱਟੀ ਦੀ ਅਲੱਗ, ਉਹ ਜਿਹੜੇ ਉੱਧਰ ਜਾਂਦੇ ਉਹ ਇੱਧਰ ਨੂੰ ਤਰਸੀ ਜਾਂਦੇ ਸਹੀ ਗੱਲ ਹੈ ਜੀ। ਇੱਕ ਬਈ ਆਹ ਚੀਜ਼ ਬਾਰੇ ਮੈਨੂੰ ਜ਼ਰੂਰ ਦੱਸੋ, ਇਹ ਤੁਸੀਂ ਬਹੁਤ ਸੋਹਣਾ ਮਾਹੌਲ ਬਣਾਇਆ, ਮੈਨੂੰ ਲੱਗਦਾ ਵੀ ਜਿਹੜੇ ਸ਼ਹਿਰੀ ਗਾਹਕ ਆ ਉਹਨਾਂ ਨੂੰ ਤੁਸੀਂ। ਹਾਂਜੀ ਬਾਈ ਜੀ, ਇਹ ਨਾ ਸਾਡਾ ਅਸੀਂ ਰੂਫਟੋਪ ਗਾਰਡਨਿੰਗ ਦਾ ਪ੍ਰੋਜੈਕਟ ਹੈ ਜੀ ਸਾਡਾ ਇਹ। ਅੱਛਾ। ਇਹ ਅਸੀਂ 2 ਪ੍ਰੋਜੈਕਟ ਤਿਆਰ ਕੀਤੇ ਆ, ਇੱਕ ਤਾਂ ਜੀ ਅਸੀਂ ਗਰੋ ਬੈਗਸ ਕਹਿੰਦੇ ਨੇ, ਤੁਹਾਨੂੰ ਗ੍ਰੀਨ ਬੈਗ ਦੇਖ ਰਹੇ ਨੇ, ਗਰੋ ਬੈਗਸ ਨੇ ਜੀ, ਇਹ ਅਸੀਂ ਕਸਟਮਾਈਜ਼ ਵੀ ਆਪ ਕਰਾਏ ਨੇ ਇਹ। ਅੱਛਾ। ਇਹ ਜਿਹੜੇ ਆਪਣੇ UV ਰੇਡੀਏਸ਼ਨਸ ਆਉਂਦੀਆਂ ਨਾ ਉਹ ਅੰਦਰ ਐਂਟਰ ਨਹੀਂ ਕਰਨਗੀਆਂ, ਇਹਦੇ ਜਿਹੜੀਆਂ ਆਪਣੀਆਂ ਇਹਦੀਆਂ ਰੂਟਸ ਨੂੰ ਡੈਮੇਜ ਨਹੀਂ ਕਰਨਗੇ। ਅਤੇ ਦੂਜੀ ਗੱਲ, ਅਸੀਂ ਜਿਵੇਂ ਆਪਾਂ ਕਹਿ ਦਈਏ ਲੈਂਟਰ ਹੁੰਦਾ, ਲੈਂਟਰ ਦੇ ਅਸੀਂ ਉਹਦੇ ਜ਼ਿਆਦਾ ਭਾਰ ਨਾ ਪਵੇ ਲੈਂਟਰ 'ਤੇ, ਉਹਦੇ 'ਚ ਅਸੀਂ ਜਿਹੜਾ ਕੋਕੋਪੀਟ ਹੈ, ਅੱਛਾ, ਬਿਲਕੁਲ ਜਿਹੜਾ ਮਟੀਰੀਅਲ ਨਾ ਜੀ, ਆਹ ਇਹ ਕੋਕੋਪੀਟ ਹੈ ਜੀ, ਇਹ ਬਿਲਕੁਲ ਲਾਈਟ ਵੇਟ ਹੈ, ਲਾਈਟ ਵੇਟ ਵੀ ਉਹ ਭਾਰ ਜ਼ਿਆਦਾ ਘੱਟ ਆਉਂਦਾ, ਉਹਦੇ ਘੱਟ ਆਉਂਦਾ ਜੀ ਬਿਲਕੁਲ। ਜੇ ਉਹੀ ਗੱਲ ਆਪਾਂ ਮੰਨ ਲਓ ਮਿੱਟੀ ਵਾਲਾ ਹੋਊਗਾ ਜੀ, ਇਹਦਾ ਹੋਊਗਾ ਮੰਨ ਲਓ 20 ਕਿਲੋ ਵੇਟ, ਫੋਰ ਐਗਜ਼ਾਮਪਲ, ਇਹਦਾ ਹੋਊਗਾ ਜੀ 10 ਕਿਲੋ, 10 ਕਿਲੋ ਦਾ ਵੀ 8 ਕਿਲੋ, ਅੱਧ ਕਿਲੋ ਵਾਂਗੂ ਹੀ ਰਹਿ ਗਿਆ 8 ਕਿਲੋ ਵਾਲਾ, ਤੱਤ ਤੋਂ ਸਾਰੇ ਪਾ ਦਿੰਦੇ, ਤੱਤ ਅਸੀਂ ਸਾਰੇ ਇਹ 'ਚ ਕੰਪਲੀਟ ਪਾ ਦਿੰਦੇ ਹਾਂ। ਠੀਕ, ਇਹਦੇ ਵਿੱਚ ਪਲਾਂਟ ਇਹਦੀਆਂ ਜਿਹੜੀਆਂ ਰੂਟਸ ਉਹਨੂੰ ਛੇਤੀ ਜਗ੍ਹਾ ਮਿਲੂਗੀ ਜੀ, ਰੂਟਸ ਨੂੰ ਡਿਵੈਲਪ ਹੋਣ ਨੂੰ ਘੱਟ ਟਾਈਮ ਲੱਗੂਗਾ, ਮਿੱਟੀ ਦੇ ਵਿੱਚ ਰੂਟਸ ਨੂੰ ਡਿਵੈਲਪ ਹੋਣ ਲਈ ਜ਼ਿਆਦਾ ਟਾਈਮ ਲੱਗੂਗਾ, ਜ਼ਿਆਦਾ ਟਾਈਮ, ਹਾਂ ਬਿਲਕੁਲ ਬਿਲਕੁਲ। ਅਤੇ ਬਾਕੀ ਇਹ ਲਾ ਸਕਦੇ ਆ ਜਿਨ੍ਹਾਂ ਨੂੰ, ਜਿਨ੍ਹਾਂ ਕੋਲ ਥਾਂ ਘੱਟ ਹੈ ਉਹ ਆਪਦੇ। ਨਹੀਂ ਵੈਸੇ ਇਹ ਤੁਸੀਂ ਜਿਹੜਾ ਇਹ ਵੀ ਇੱਕ ਜਿਹੜਾ ਹੁੰਦਾ ਨਾ, ਆਪਾਂ ਹੁਣ ਬਿਜ਼ਨਸ ਹੀ ਕਰਨ ਲੱਗੇ, ਹਾਂਜੀ ਹਾਂਜੀ ਬਿਲਕੁਲ, ਉਹਦਾ ਇਹ ਦਿਮਾਗ ਹੋਣਾ ਵੇਚਣ ਵਾਲੇ ਬੰਦੇ ਦਾ ਵੀ ਕਿਹੜਾ ਗਾਹਕ ਕਿੱਥੇ ਪੈਦਾ ਹੋਊਗਾ। ਹੁਣ ਪਿੰਡਾਂ ਦੇ ਵਿੱਚ ਤਾਂ ਆਪਣੇ ਵਾਧੂ ਜਗ੍ਹਾ ਹੁੰਦੀ ਹੈ ਲੋਕਾਂ ਨੂੰ, ਬਿਲਕੁਲ ਨਹੀਂ ਪਿੰਡਾਂ, ਹਾਂ ਪਿੰਡਾਂ ਵਾਲਿਆਂ ਨੂੰ ਵੀਰੇ ਅਸੀਂ ਇਹ ਚੀਜ਼ ਰਿਕਮੈਂਡ ਹੀ ਨਹੀਂ ਕਰਾਂਗੇ, ਉਹਦਾ ਕੋਈ ਫਾਇਦਾ ਹੀ ਨਹੀਂ, ਕੋਈ ਫਾਇਦਾ, ਸ਼ਹਿਰਾਂ ਦੇ ਵਿੱਚ ਜਗ੍ਹਾ ਘੱਟ ਹੈ, ਘੱਟੋ ਘੱਟ ਜੇ ਮੰਨ ਕੇ ਚਲੋ 4 ਜਣੇ ਪਰਿਵਾਰ ਦੇ ਆ ਤਾਂ 2-3 ਬੂਟੇ ਲਾ ਦੇਣੇ ਨਾ ਉਹਨਾਂ ਨੂੰ, ਬਿਲਕੁਲ ਹੀ ਸਾਡੀ ਹੁਣ ਲੇਬਰ ਆ ਦੇਖੋ ਕਿੰਨੇ ਆ ਤੁਹਾਡੇ ਸਾਹਮਣੇ ਆ, ਕੈਮਰਾ ਵੀਰ ਨੂੰ ਦਿਖਾਉਂਗਾ, ਆ ਦੇਖੋ ਇਹ ਸਾਡੀ ਲੇਬਰ ਖਾਂਦੀ ਹੈ ਜੀ ਤੋੜ ਤੋੜ ਕੇ, ਆ ਜਿਹੜੇ ਆਪਣੇ ਬੈਂਗਣ ਲੱਗੇ, ਬੈਂਗਣ ਲੱਗੇ ਹੋਏ, ਬਿਲਕੁਲ।